ਸਾਡੇ ਪਿੜਾਂ ਵਿੱਚ ਤੇਰੇ ਗੱਲ ਚੀਥੜੇ ਨੀ ਮੇਰੀਏ ਜਵਾਨ ਕਣਕੇ, ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ। ਤੂੰ ਵੀ ਹੋ ਗਿਆ ਏ ਗਮਾਂ ਦਾ ਗੁਮੰਤਰੀ, ਉਹ ਮੇਰੇ ਬੇਜ਼ੁਬਾਨ ਟੱਗਿਆ, ਗਲ ਲੱਗ ਕੇ ਸਿਰੀ ਦੇ ਜੱਟ ਰੋਇਆ ਅਤੇ ਬੋਹਲਾਂ ਵਿੱਚੋਂ ਨੀਰ ਵਗਿਆ। ਫੜ ਤੰਗਲੀ ਨਸੀਬਾਂ ਨੂੰ ਫਰੋਲੀਏ, ਉਹ ਤੂੜੀ ਵਿੱਚੋਂ ਪੁੱਤ ਜੱਗਿਆ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੇ ਨਾਲ ਅਰਪਨਪ੍ਰੀਤ ਕੌਰ। ਇਹ 17 ਪੰਜਾਬੀ ਦੇ ਮਹਾਨ ਕਵੀ ਸੰਤ ਰਾਮ ਉਦਾਸੀ ਹੋਰਾਂ ਨੇ ਲਿਖੀਆਂ ਨੇ। ਸੰਤ ਰਾਮ ਉਦਾਸੀ ਹੋਰਾਂ ਨੇ ਹਮੇਸ਼ਾ ਹੀ ਆਪਣੀਆਂ ਕਵਿਤਾਵਾਂ ਦੇ ਵਿੱਚ ਦੱਬੇ ਕੁਚਲੇ ਲੋਕਾਂ ਦੀ ਆਵਾਜ਼, ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਨੂੰ ਉਠਾਇਆ ਸੀ ਅਤੇ ਹਮੇਸ਼ਾ ਹੀ ਕ੍ਰਾਂਤੀਕਾਰੀ ਵਿਚਾਰਾਂ ਨੂੰ ਜਗ੍ਹਾ ਦਿੱਤੀ ਸੀ। ਅਪ੍ਰੈਲ ਮਹੀਨੇ ਦੇ ਵਿੱਚ ਸਾਰਾ ਸੰਸਾਰ ਮਨਾ ਰਿਹਾ ਹੈ ਵਰਲਡ ਪੋਇਟਰੀ ਮੰਥ, ਅਤੇ ਇਸੇ ਹੀ ਮਹੀਨੇ ਵਿੱਚ ਹੁੰਦਾ ਹੈ 20 ਅਪ੍ਰੈਲ ਨੂੰ ਸੰਤ ਰਾਮ ਉਦਾਸੀ ਹੋਰਾਂ ਦਾ ਜਨਮ ਦਿਨ। ਇਹ ਕਵੀ ਨੇ ਸਿਰਫ ਆਪਣੇ ਵਿਚਾਰਾਂ ਰਾਹੀਂ ਕ੍ਰਾਂਤੀ ਦੀ ਗੱਲ ਨਹੀਂ ਕੀਤੀ, ਬਲਕਿ ਉਸ ਸਮੇਂ ਹੁੰਦੀਆਂ ਇਨਕਲਾਬੀ ਸਰਗਰਮੀਆਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਵੀ ਲਿਆ, ਜੱਦੋ ਜਹਿਦ ਵੀ ਕੀਤੀ ਅਤੇ ਕਈ ਵਾਰ ਗ੍ਰਿਫਤਾਰੀ ਵੀ ਕੀਤੀ। ਆਓ ਜਾਣਦੇ ਹਾਂ ਉਹਨਾਂ ਦੇ ਜਨਮ ਦਿਨ ਅਤੇ ਸੰਤ ਰਾਮ ਉਦਾਸੀ ਹੋਰਾਂ ਦੇ ਬਾਰੇ ਵਿੱਚ ਹੋਰ ਵੀ ਬਹੁਤ ਕੁਛ, ਅਤੇ ਉਹਨਾਂ ਦੀਆਂ ਕਵਿਤਾਵਾਂ ਬਾਰੇ ਵੀ। ਅਸੀਂ ਜੜ੍ਹ ਨਾ ਜ਼ੁਲਮ ਦੀ ਛੱਡਣੀ, ਅਤੇ ਸਾਡੀ ਭਾਵੇਂ ਜੜ੍ਹ ਨਾ ਲਹੇ, ਲੋਕ ਵੇ ਅੱਗ ਵਿੱਚ ਜਿੰਦੜੀ ਨੂੰ ਦੇਣਾ ਝੋਕ ਵੇ। ਭਾਰਤ ਵਿੱਚ ਉੱਠੀ ਨਕਸਲਵਾੜੀ ਲਹਿਰ ਦਾ ਅਸਰ ਪੰਜਾਬ ਦੇ ਸਾਹਿਤ ਅਤੇ ਸਿਆਸਤ 'ਤੇ ਬਹੁਤ ਡੂੰਘਾ ਹੋਇਆ। ਜੁਝਾਰਵਾਦੀ ਕਾਵਧਾਰਾ ਦਾ ਆਰੰਭ ਇੱਕ ਵਿਸਫੋਟ ਵਾਂਗ ਸੀ। ਇਸ ਦੌਰ 'ਚ ਪੰਜਾਬ ਦੇ ਕਈ ਉੱਚ ਕੋਟੀ ਦੇ ਜੁਝਾਰੂ ਵਿਦਰੋਹੀ ਪ੍ਰਕਿਰਤੀ ਦੇ ਕਵੀ ਲਾਲ ਸਿੰਘ ਦਿਲ, ਅਵਤਾਰ ਸਿੰਘ ਪਾਸ਼, ਸੰਤ ਰਾਮ ਉਦਾਸੀ, ਗੁਰਸ਼ਰਨ ਸਿੰਘ, ਦਰਸ਼ਨ ਖਟਕਰ, ਫਤਿਹਜੀਤ, ਸੰਤ ਸੰਧੂ, ਜੈਮਲ ਪੱਡਾ ਆਪਣੀ ਕਲਮ ਅਤੇ ਕਰਮ ਜ਼ਰੀਏ ਸੁਰਖਰੂ ਰਹੇ। ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ। ਨਕਸਲਵਾੜੀ ਲਹਿਰ ਦੇ ਕਵੀਆਂ ਵਿੱਚ ਸੰਤ ਰਾਮ ਉਦਾਸੀ ਇੱਕ ਮਹੱਤਵਪੂਰਨ ਨਾਂ ਹੈ। ਮਾਲਵੇ ਦੇ ਛੋਟੇ ਜਿਹੇ ਪਿੰਡ ਰਾਇਸਰ ਵਿੱਚ ਅੱਤ ਦੇ ਗਰੀਬ ਪਰਿਵਾਰ ਵਿੱਚ ਪੈਦਾ ਹੋਇਆ ਉਦਾਸੀ ਕਵਿਤਾ ਦੇ ਪਿੜ ਵਿੱਚ ਇੰਨੀਆਂ ਵੱਡੀਆਂ ਮੱਲਾਂ ਮਾਰੇਗਾ, ਇਹ ਕਿਸਨੇ ਸੋਚਿਆ ਸੀ। ਉਸ ਦੀ ਕਵਿਤਾ ਦੀ ਜਿੰਦ ਜਾਨ ਕੀਰਤੀ ਕਿਸਾਨ ਤੇ ਮਿਹਨਤ ਕਸ਼ ਜਨਤਾ ਹੈ। ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਰਾਇਸਰ ਜ਼ਿਲ੍ਹਾ ਬਰਨਾਲਾ ਪਿਤਾ ਮੇਹਰ ਸਿੰਘ, ਮਾਤਾ ਧਨ ਕੌਰ ਦੇ ਘਰੇ ਹੋਇਆ ਸੀ। ਸੰਤ ਰਾਮ ਉਦਾਸੀ ਦਾ ਬਚਪਨ ਘੋਰ ਦੁਸ਼ਵਾਰੀਆਂ, ਗਰੀਬੀ, ਲਾਚਾਰੀ ਤੇ ਜਾਤ ਪਾਤ ਵਿੱਚ ਲੰਘਿਆ। ਘਰ ਦੀ ਮਾੜੀ ਆਰਥਿਕ ਸਥਿਤੀ ਅਤੇ ਆਲੇ ਦੁਆਲੇ ਦੇ ਕੀਰਤੀ ਕਿਸਾਨਾਂ ਦੀ ਤਰਸਯੋਗ ਹਾਲਤ ਅਤੇ ਸਮਾਜ ਦੀ ਨਿਗਰਦੀ ਜਾ ਰਹੀ ਸਥਿਤੀ ਨੇ ਸੰਤ ਰਾਮ ਉਦਾਸੀ ਨੂੰ ਵਿਸ਼ੇ ਪ੍ਰਦਾਨ ਕੀਤੇ। ਇਹੀ ਵਜ੍ਹਾ ਸੀ ਕਿ ਸੰਤ ਰਾਮ ਉਦਾਸੀ ਨੇ ਮਾਰਕਸਵਾਦੀ ਸੋਚ ਨੂੰ ਅਪਣਾ ਲਿਆ ਤੇ ਆਮ ਲੋਕਾਂ ਦੀ ਹਾਲਤ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ। 1960 ਵਿੱਚ ਸੰਤ ਰਾਮ JBT ਕਰਕੇ ਮਾਸਟਰ ਲੱਗ ਗਿਆ। ਸੰਤ ਰਾਮ ਦੇ ਮਨ ਉੱਤੇ ਕਮਿਊਨਿਸਟ ਲਹਿਰ ਦੇ ਆਗੂ ਬਾਬਾ ਹਰਦਿੱਤ ਸਿੰਘ ਭੱਠਲ, ਜਨਕ ਸਿੰਘ ਭੱਠਲ, ਜਥੇਦਾਰ ਜਗੀਰ ਸਿੰਘ ਕੌਲਸੇੜੀ, ਇਨ੍ਹਾਂ ਸਭ ਬਜ਼ੁਰਗਾਂ ਦਾ ਬਹੁਤ ਗਹਿਰਾ ਪ੍ਰਭਾਵ ਸੀ, ਜਿਸ ਕਰਕੇ 1960 ਵਿੱਚ ਉਹ ਇਹਨਾਂ ਦੀ ਕਮਿਊਨਿਸਟ ਲਹਿਰ ਵਿੱਚ ਸ਼ਾਮਿਲ ਹੋ ਗਿਆ। 1964 ਵਿੱਚ ਕਮਿਊਨਿਸਟ ਲਹਿਰ ਵਾਲੀ ਪਾਰਟੀ ਟੁੱਟ ਕੇ ਇੱਕ ਨਵੀਂ ਪਾਰਟੀ ਦੇ ਰੂਪ ਵਿੱਚ ਸਾਹਮਣੇ ਆਈ, ਜਿਸ ਵਿੱਚ ਸੰਤ ਰਾਮ ਉਦਾਸੀ
ਉਸ ਨਵੀਂ ਪਾਰਟੀ ਨਾਲ ਜੁੜ ਗਿਆ। ਸੰਤ ਰਾਮ ਨੇ ਸਮਾਜ ਦੇ ਹਿੱਤਾਂ ਲਈ ਇਨਕਲਾਬੀ ਤੌਰ 'ਤੇ ਕਲਮ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ ਅਤੇ ਹਥਿਆਰਬੰਦ ਕੋਲ ਵਿੱਚ ਸ਼ਾਮਿਲ ਹੋ ਗਿਆ। ਇਸੇ ਦੌਰਾਨ ਹੀ ਪੁਲਿਸ ਵੱਲੋਂ ਝੂਠੇ ਕੇਸ ਪਾ ਕੇ ਕਈ ਤਰ੍ਹਾਂ ਦਾ ਇਸ ਪਾਰਟੀ ਦੇ ਕਾਰਕੁਨਾਂ 'ਤੇ ਤਸ਼ੱਦਦ ਕੀਤਾ ਜਾਂਦਾ ਸੀ। ਸੰਤ ਰਾਮ ਉਦਾਸੀ ਨੂੰ ਵੀ ਕਈ ਵਾਰੀ ਇਨਵੈਸਟੀਗੇਸ਼ਨ ਸੈਂਟਰਾਂ ਦੇ ਵਿੱਚ ਲਿਜਾ ਕੇ ਕਈ ਤਰ੍ਹਾਂ ਦਾ ਜ਼ੁਲਮ ਉਹਨਾਂ ਉੱਤੇ ਕੀਤਾ ਗਿਆ, ਪਰ ਫਿਰ ਵੀ ਉਸ ਦੀ ਕਲਮ ਕਦੇ ਵੀ ਸੱਚ ਲਿਖਣ ਤੋਂ ਨਾ ਰੁਕੀ। ਆਪਣੀ ਕਵਿਤਾ ਸੂਰਜ ਕਦੇ ਮਰਿਆ ਨਹੀਂ ਵਿੱਚ ਉਹ ਲਿਖਦਾ ਹੈ, ਕਾਲਖ ਦੇਵਣ ਜਾ ਰਿਹੋ ਚਾਨਣ ਕਦੇ ਹਰਿਆ ਨਹੀਂ, ਉਹ ਕਿਰਨਾਂ ਦੇ ਕਾਤਲੋ ਸੂਰਜ ਕਦੇ ਮਰਿਆ ਨਹੀਂ। ਸੰਤ ਰਾਮ ਉਦਾਸੀ ਦੇ ਕਵ ਸੰਗ੍ਰਹਿ ਲਹੂ ਭਿੱਜੇ ਬੋਲ, ਚੌਨੁਕਰੀਆਂ ਸੀਖਾਂ, ਸੈਨਤਾਂ, ਕਮੀਆਂ ਦਾ ਵਿਹੜਾ ਨੇ। ਇੰਝ ਲੱਗਦਾ ਉਦਾਸੀ ਦੀ ਕਵਿਤਾ ਸੰਘਰਸ਼ ਦਾ ਮੈਨੀਫੈਸਟੋ ਸੀ। ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼, ਕਰੇ ਜੋਧੜੀ ਨੇ ਇੱਕ ਦਰਵੇਸ਼। ਸੰਤ ਰਾਮ ਉਦਾਸੀ ਬੜਾ ਹੀ ਜੁਝਾਰੂ, ਨਿਰਛਲ ਤੇ ਉੱਚੀ ਸੁਰ ਦੇ ਨਾਲ ਗਾਉਣ ਵਾਲਾ ਸੀ। ਉਸਦੀ ਆਵਾਜ਼ ਲੋਕਾਂ ਨੂੰ ਕੀਲ ਲੈਂਦੀ ਸੀ। ਉਦਾਸੀ ਨੇ ਕਈ ਕਵਿਤਾਵਾਂ, ਗੀਤ ਤੇ ਗਜ਼ਲਾਂ ਲਿਖੀਆਂ। ਉਸਦੇ ਗੀਤ ਸਪਸ਼ਟ, ਸਰਲ ਤੇ ਲੈਦਾਰ ਸਨ। ਉਸ ਨੇ ਜਿਨ੍ਹਾਂ ਲੋਕਾਂ ਲਈ ਲਿਖਿਆ ਉਹਨਾਂ ਨੇ ਸਿਰਫ ਉਸ ਨੂੰ ਪੜ੍ਹਿਆ ਲਿਖਿਆ ਤੇ ਸੁਣਿਆ ਹੀ ਨਹੀਂ, ਬਲਕਿ ਆਪਣਾ ਆਖ ਕੇ ਇਨਾਮ ਦਿੱਤਾ। ਇੱਕ ਕਵੀ ਲਈ ਇਸ ਤੋਂ ਵੱਡਾ ਪੁਰਸਕਾਰ ਕੀ ਹੋ ਸਕਦਾ ਹੈ? ਸੰਤ ਰਾਮ ਉਦਾਸੀ ਆਪਣੀਆਂ ਕਵਿਤਾਵਾਂ ਵਿੱਚ ਆਪਣੇ ਨਾਇਕ। ਸੰਤ ਰਾਮ ਉਦਾਸੀ ਨੇ ਜਿੱਥੇ ਆਪਣੀ ਕਲਮ ਰਾਹੀਂ ਕੀਰਤੀਆਂ ਦੀ ਲੁੱਟ ਕਸੁੱਟ ਅਤੇ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕੀਤੀ, ਉੱਥੇ ਹੀ ਉਸਨੇ ਪਰਿਵਾਰਕ ਦਾਤ ਵਿੱਚ ਮਿਲੇ ਸਿੱਖ ਧਰਮ ਦੇ ਨਾਲ ਜੁੜੀਆਂ ਕਈ ਕਵਿਤਾਵਾਂ ਲਿਖੀਆਂ। ਉਦਾਸੀ ਆਪਣੀਆਂ ਕਵਿਤਾਵਾਂ ਵਿੱਚ ਆਪਣੇ ਨਾਇਕ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ, ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ, ਮਾਤਾ ਗੁਜਰੀ ਤੇ ਪੋਤਿਆਂ ਨੂੰ, ਭਾਈ ਕਨਈਆ ਜੀ ਨੂੰ, ਭਗਤ ਰਵਿਦਾਸ ਜੀ ਹੋਰਾਂ ਨੂੰ ਮੰਨਦਾ ਸੀ। ਉਸਨੇ ਕਈ ਕਵਿਤਾਵਾਂ ਸਿੱਖ ਧਰਮ ਦੇ ਪ੍ਰਸੰਗ ਵਿੱਚ ਲਿਖੀਆਂ। ਉਦਾਸੀ ਦਾ ਮੰਨਣਾ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਸੱਚੇ ਤੇ ਉੱਚੇ ਨਾਇਕ ਸਨ, ਕਿਉਂਕਿ ਉਹਨਾਂ ਨੇ ਵੀ ਕੀਰਤੀਆਂ ਦੀ ਲੁੱਟ ਕਸੁੱਟ ਲਈ ਆਵਾਜ਼ ਉਠਾਈ ਸੀ, ਤਲਵਾਰ ਉਠਾਈ ਸੀ, ਜ਼ੁਲਮ ਦਾ ਟਾਕਰਾ ਕਰਕੇ ਜ਼ੁਲਮ ਦਾ ਖਾਤਮਾ ਵੀ ਕੀਤਾ ਸੀ। ਉਦਾਸੀ ਦੀ ਹਰ ਕਵਿਤਾ ਆਪਣੇ ਆਪ ਵਿੱਚ ਇੱਕ ਵਿਚਾਰ ਹੈ, ਕਿਉਂਕਿ ਉਸਨੇ ਸਿਰਫ ਕਲਪਨਾ ਤੇ ਆਧਾਰਿਤ ਹੀ ਨਹੀਂ ਲਿਖਿਆ, ਬਲਕਿ ਵਿਚਾਰਧਾਰਾ ਅਤੇ ਹਾਲਾਤਾਂ ਨੂੰ ਢਾਲ ਬਣਾ ਕੇ ਲਿਖਿਆ। ਉਦਾਸੀ ਦੀਆਂ ਕਵਿਤਾਵਾਂ ਆਜ਼ਾਦੀ ਦਾ ਦਿਨ, ਡੋਲੀ, ਹਨੇਰਿਆਂ ਦੇ ਨਾਂ, ਕਮੀਆਂ ਦਾ ਵਿਹੜਾ, ਮਾਂ ਧਰਤੀਏ, ਮਾਤ ਭਾਸ਼ਾ, ਵਸੀਅਤ, ਲੈਲਿਨ ਦੇ ਨਾਂ, ਇਹ ਉਹ ਕਵਿਤਾਵਾਂ ਹਨ ਜੋ ਲੋਕ ਸੱਚ ਨੂੰ ਬਿਆਨਦੀਆਂ ਹਨ, ਉਸ ਸਮੇਂ ਦੇ ਹਾਲਾਤਾਂ ਨੂੰ ਕਲਮ ਬੰਦ ਕਰਦੀਆਂ ਹਨ। ਉਦਾਸੀ ਨੇ ਜਿੱਥੇ ਆਪਣੀਆਂ ਕਵਿਤਾਵਾਂ ਵਿੱਚ ਲੋਕ ਸੱਚ ਨੂੰ ਰਚਿਆ, ਉੱਥੇ ਹੀ ਉਸਨੇ ਕਦੇ ਵੀ ਆਪਣੇ ਹਾਲਾਤਾਂ ਨੂੰ ਜੱਗ ਤੋਂ ਨਹੀਂ ਲੁਕੋਇਆ। ਭੁੱਖ ਤੇ ਗਰੀਬੀ ਦੇ ਵਿੱਚ ਰਹਿਣ ਕਰਕੇ ਉਸਨੇ ਆਪਣੀਆਂ ਕਵਿਤਾਵਾਂ ਵਿੱਚ ਇਸ ਦਾ ਜ਼ਿਕਰ ਵੀ ਕੀਤਾ। ਆਪਣੀ ਕਵਿਤਾ ਤੂੰ ਬੇਦਰਦੀ ਹੋ ਵਿੱਚੋਂ ਲਿਖਦਾ ਹੈ, ਤੂੰ ਬੇਦਰਦੀ ਹੋ ਦੁੱਖ ਦਰਦਾਂ ਦਾ ਕਿਸ ਦੇ ਕੋਲ ਸੁਣਾਵਾਂ, ਮੇਰੇ ਮਗਰ ਚਿਰਾਂ ਤੋਂ ਲੱਗਿਆ ਭੁੱਖ ਦਾ ਇੱਕ ਪਰਛਾਵਾਂ, ਮੈਂ ਮਰ ਜਾਂ ਤਾਂ ਬੇਸ਼ੱਕ ਮਰ ਜਾਂ, ਨਾ ਮਰਦਾ ਪਰਛਾਵਾਂ,
ਤੂੰ ਬੇਦਰਦੀ ਹੋ। ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਕਵਿਤਾਵਾਂ ਰਾਹੀਂ ਸਿਰਜਣ ਵਾਲਾ ਇਹ ਕਵੀ 6 ਨਵੰਬਰ 1986 ਨੂੰ ਨਦੇੜ ਤੋਂ ਇੱਕ ਕਵੀ ਦਰਬਾਰ ਵਿੱਚੋਂ ਵਾਪਿਸ ਆਉਂਦਾ ਹੋਇਆ ਰੇਲ ਗੱਡੀ ਵਿੱਚ ਹੀ ਦਮ ਤੋੜ ਗਿਆ। ਭਾਵੇਂ ਕਿ ਉਦਾਸੀ ਦੀ ਜ਼ਿੰਦਗੀ ਵਿੱਚ ਬੜੇ ਹੀ ਉਤਰਾਅ ਚੜ੍ਹਾਅ ਆਏ, ਪਰ ਉਸਦੀ ਕਵਿਤਾ ਸਥਿਰ ਹੈ, ਉਸਦੀ ਕਵਿਤਾ ਦਾ ਵਿਚਾਰ ਸਥਿਰ ਹੈ। ਉਹ ਕਿਤੇ ਵੀ ਥਿੜਕਦਾ ਨਜ਼ਰ ਨਹੀਂ ਆਉਂਦਾ। ਕਮੀਆਂ ਦੇ ਵਿਹੜੇ ਵਿੱਚ ਮਗਣ ਵਾਲਾ ਇਹ ਸੂਰਜ ਬੇਸ਼ੱਕ ਅੱਜ ਸਾਡੇ ਵਿੱਚ ਨਹੀਂ ਹੈ, ਪਰ ਇਹ ਭਵਿੱਖ ਵਿੱਚ ਕ੍ਰਾਂਤੀਕਾਰੀਆਂ ਦੇ ਲਈ ਰੋਸ਼ਨੀ ਦੀਆਂ ਕਿਰਨਾਂ ਬਖੇਰਦਾ ਰਹੇਗਾ। 70 ਸਾਲ ਬਾਅਦ ਵੀ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਇਨਕਲਾਬੀ ਸੰਸਥਾਵਾਂ ਲੋਕਾਂ ਨੂੰ ਹੱਕਾਂ ਲਈ ਜਾਗਰੂਕ ਕਰਕੇ ਉਸਦਾ ਜਨਮ ਦਿਵਸ ਮਨਾਉਂਦੀਆਂ ਹਨ, ਤੇ ਮਨਾਉਣਾ ਵੀ ਚਾਹੀਦਾ ਹੈ, ਕਿਉਂਕਿ ਉਦਾਸੀ ਨੇ ਆਪਣੀ ਕਵਿਤਾ ਵਸੀਹਤ ਵਿੱਚ ਲਿਖਿਆ ਸੀ, ਜੀਵਨ ਤੋਂ ਮੌਤ ਤਾਈ ਆਉਂਦੇ ਬੜੇ ਚੁਰਾਹੇ, ਜਿਸ ਦਾ ਹੈ ਪੰਧ ਬਿਖੜਾ ਉਸੇ ਹੀ ਰਾਹ ਲਿਜਾਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ ਚ ਨਾ ਰੁਲਾਇਓ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਨਿੱਜੀ ਤੌਰ 'ਤੇ ਜਿਹੜੀ ਮੈਂ ਉਹਨਾਂ ਦੀ ਜਿਹੜੀ ਨਿੱਜੀ ਜ਼ਿੰਦਗੀ ਹੈ ਜਾਂ ਪਰਿਵਾਰਕ ਜ਼ਿੰਦਗੀ ਹੈ, ਉਹਨਾਂ 'ਚ ਮੈਂ ਸਮਝਿਆ ਕਿ ਉਹ ਇੱਕ ਬਹੁਤ ਹੀ ਇੱਕ ਜ਼ਿੰਮੇਵਾਰ ਬਾਪ, ਬਹੁਤ ਹੀ ਜ਼ਿੰਮੇਵਾਰ ਇਨਸਾਨ ਸਨ। ਉਹਨਾਂ ਇੱਕ ਵਿਸ਼ੇਸ਼ ਵਿਚਾਰਧਾਰਾ ਨਾਲ ਜੁੜਦਿਆਂ, ਵਿਸ਼ੇਸ਼ ਵਿਚਾਰਧਾਰਾ ਨਾਲ ਜੁੜ ਕੇ ਸਾਡੇ ਦੇਸ਼ ਦੇ ਅੰਦਰ ਜਿਹੜੀ ਸਮੁੱਚੀ ਲੋਕ ਵਿਰੋਧੀ ਪ੍ਰਬੰਧ ਹੈ ਉਹਨੂੰ ਉਹਦੇ ਪ੍ਰਤੀ ਜਾਗਰੂਕ ਕਰਨ ਦਾ ਇੱਕ ਬੀੜਾ ਚੁੱਕਿਆ। ਉਹਨਾਂ ਵਿਸ਼ੇਸ਼ ਇੱਕ ਵਿਚਾਰਧਾਰਾ ਦੇ ਨਾਲ ਜੁੜ ਕੇ, ਜਿਹਨੂੰ ਮਾਰਕਸਵਾਦੀ ਵਿਚਾਰਧਾਰਾ ਦੇ ਨਾਮ ਨਾਲ ਜਾਣਿਆ ਜਾਂਦਾ, ਅਤੇ ਪਰਿਵਾਰ 'ਚ ਉਹ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰ ਭੂਮਿਕਾ ਰਹੀ ਹੈ। ਉਹਨਾਂ ਨੇ ਸਾਡਾ ਪਾਲਣ ਪੋਸ਼ਣ ਬਹੁਤ ਵਧੀਆ ਕੀਤਾ ਅਤੇ ਸਾਨੂੰ ਇੱਕ ਵਧੀਆ ਇਨਸਾਨ, ਵਧੀਆ ਜ਼ਿੰਦਗੀ ਜਿਉਣ ਲਈ ਮਤਲਬ ਵਧੀਆ ਇਨਸਾਨ ਬਣਾਉਣ ਵਜੋਂ ਚਿਤਵਿਆ। ਉਹਨਾਂ ਦੀ ਜਿਹੜੀ ਸਮੁੱਚੀ ਰਚਨਾ ਹੈ ਉਹ ਜਿੱਥੇ ਲੋਕਾਂ ਦੀ ਰਹਿਨਮਾਈ ਕਰਦੀ ਹੈ, ਤਾਂ ਮੈਂ ਸਮਝਦੀ ਹਾਂ ਇੱਕ ਪਰਿਵਾਰਕ ਮੈਂਬਰ ਦੇ ਹੋਣ ਦੇ ਨਾਤੇ ਅਤੇ ਇੱਕ ਜ਼ਿੰਮੇਵਾਰ ਪਿਤਾ ਹੋਣ ਦੇ ਨਾਤੇ ਉਹ ਹਮੇਸ਼ਾ ਹੀ ਸਾਡੀ ਰਹਿਨਮਾਈ ਕਰਦੀ। ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ, ਹੋ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ। ਮੈਂ ਦੇਵੀ ਦਿਓਤੇ ਤੇ ਮੜੀਆਂ ਨਾ ਪੁੱਛਾਂ, ਵਤਨ ਦੇ ਪਿਆਰੇ ਸ਼ਹੀਦਾਂ ਨੂੰ ਪੁੱਛਾਂ, ਮੈਂ ਦੁਨੀਆਂ ਦੇ ਸਾਰੇ ਪਖੰਡਾਂ ਨੂੰ ਛੱਡ ਕੇ ਕਿਰਤੀ ਦੇ ਉਜੜੇ ਨਸੀਬਾਂ ਨੂੰ ਪੁੱਛਾਂ। ਸੰਤ ਰਾਮ ਉਦਾਸੀ ਸਿਰਫ ਤੇ ਸਿਰਫ ਕਮੀਆਂ ਦੇ ਵਿਹੜੇ ਵਿੱਚ ਉੱਗਿਆ ਸੂਰਜ ਹੀ ਨਹੀਂ, ਬਲਕਿ ਗਰੀਬੀ ਤੇ ਲਾਚਾਰੀ ਦੀ ਭੁੱਖ ਨੰਗ ਦਾ ਚਸ਼ਮਦੀਦ ਗਵਾਹ ਵੀ ਸੀ। ਉਹ ਜਾਣਦਾ ਸੀ ਕਿ ਇਹਨਾਂ ਬਸਤੀਆਂ ਦੇ ਵਿਚਲਾ ਜੀਵਨ ਜਿਉਣ ਯੋਗ ਨਹੀਂ ਹੈ। ਇਹੀ ਵਜ੍ਹਾ ਹੈ ਕਿ ਉਸਨੇ ਗਰੀਬੀ ਦੀ ਲਾਚਾਰੀ ਅਤੇ ਮਜਬੂਰੀਆਂ ਨੂੰ ਆਪਣੀ ਕਲਮ ਰਾਹੀਂ ਪੋਤੜਿਆਂ ਤੱਕ ਫਲੋਲ ਕੇ ਰੱਖ ਦਿੱਤਾ। ਮਹਿਜ 47 ਸਾਲ ਦੀ ਉਮਰ ਵਿੱਚ ਪੰਜਾਬ ਦਾ ਇਹ ਮਹਾਨ ਇਨਕਲਾਬੀ ਨਕਸਲਵਾਦੀ ਕਵੀ ਸਾਨੂੰ ਵਿਛੋੜਾ ਦੇ ਗਿਆ, ਪਰ ਇਸ ਦੀ ਕਲਮ ਤੋਂ ਲਿਖੀਆਂ ਹੋਈਆਂ ਕਵਿਤਾਵਾਂ, ਗਜ਼ਲਾਂ ਅਤੇ ਗੀਤ ਸਦਾ ਹੀ ਜਿਉਂਦੇ ਰਹਿਣਗੇ। ਜਗਬਾਣੀ TV ਸੰਤ ਰਾਮ ਉਦਾਸੀ ਹੋਰਾਂ ਦੀ ਕਲਮ ਨੂੰ ਸਜਦਾ ਕਰਦਾ। ਇਸੇ ਨਾਲ ਹੀ ਤੁਸੀਂ ਮੈਨੂੰ ਦਿਓ ਆਗਿਆ। ਧੰਨਵਾਦ।